ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਆ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤਕੌਰ ਤੇ ਮੈਂ ਹਾਂ ਸੁਮਨ ਪ੍ਰੀਤਕੌਰ ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 15 ਮਈ 2023 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰੇਕ MCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਤੇ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ PDF ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ PDF ਵੀ ਲੈ ਸਕਦੇ ਆਂ telegram channel ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕੱਲ ਸਟੂਡੈਂਟਸ ਨੇ ਪਟਵਾਰੀ ਦਾ ਪੇਪਰ ਦਿੱਤਾ ਹੋਣਾ ਤਾਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਕੱਲ ਪੰਜਾਬ ਦੇ ਵਿੱਚ 14 ਮਈ ਨੂੰ ਪੂਰੇ ਪੰਜਾਬ ਦੇ ਵਿੱਚ ਪਟਵਾਰੀ ਦਾ ਪੇਪਰ ਹੋਇਆ ਤੇ ਪਟਵਾਰੀ ਦੇ ਪੇਪਰ ਦੇ ਵਿੱਚ ਤੁਸੀਂ ਦੇਖੋ ਕਰੰਟ ਅਫੇਅਰ ਦੇ ਵਿੱਚੋਂ ਕਿੰਨੇ ਜ਼ਿਆਦਾ ਐਮਸੀਕਿਊ ਆਏ ਇੱਕ ਤਾਂ ਇੰਪੋਰਟੈਂਟ ਡੇਸ ਦੇ ਨਾਲ ਰਿਲੇਟਿਡ ਜਿਹੜੇ ਕਿ ਮੈਂ ਤੁਹਾਨੂੰ ਹਰੇਕ ਵਾਰ ਕਰਵਾਉਣੀ ਆ ਇੱਕ ਸਾਲ ਹੋ ਗਿਆ ਆਪਾਂ ਨੂੰ ਕਰੰਟ ਅਫੇਅਰ ਕਰਦਿਆਂ ਨੂੰ ਇੱਕ ਸਾਲ ਤੋਂ ਉੱਪਰ 19 2020 ਦੇ ਵਿੱਚ 19 ਜੁਲਾਈ 2020 ਤੋਂ ਮੈਂ ਕਰੰਟ ਅਫੇਅਰ ਸ਼ੁਰੂ ਕੀਤੀ ਹੋਈ ਆ ਤੇ ਦੇਖੋ ਤੁਸੀਂ ਕਰੰਟ ਅਫੇਅਰ ਸਾਰੀ ਦੀ ਸਾਰੀ ਆਪਣੇ ਇੱਕ ਤਾਂ ਡੇਜ਼ ਮੈਂ ਤੁਹਾਨੂੰ ਬੋਲਦੀ ਹੁੰਦੀ ਆ ਕਿ ਇੰਪੋਰਟੈਂਟ ਆ ਤੇ ਇਹ ਡੇਜ਼ ਤੁਹਾਡੇ ਲਈ ਬਹੁਤ ਇੰਪੋਰਟੈਂਟ ਨੇ ਠੀਕ ਹੈ ਤਾਂ ਇੱਕ ਡੇਜ਼ ਵਾਲੇ ਆਈ ਐ एमसीक्यू ਫਿਰ ਉਸ ਤੋਂ ਬਾਅਦ ਤੁਸੀਂ ਦੇਖੋ ਅਜੇ ਬੰਗਾ ਵਾਲਾ ਵਰਲਡ ਬੈਂਕ ਵਾਲਾ ਮੈਂ ਤੁਹਾਨੂੰ ਕਰਵਾਇਆ ਸੀ ਕਿ ਉਹਦੇ ਪ੍ਰੈਜ਼ੀਡੈਂਟ ਕੌਣ ਬਣੇ ਨੇ ਠੀਕ ਹੈ ਕਿੰਨਾ ਇੰਪੋਰਟੈਂਟ ਐਮ ਸੀ ਕਿਊ ਸੀ ਮੈਂ ਉਸ ਦਿਨ ਵੀ ਤੁਹਾਨੂੰ ਦੱਸਿਆ ਸੀ ਜਿਸ ਦਿਨ ਆਪਾਂ ਇਹ ਕੀਤਾ ਸੀਗਾ ਤੇ ਐਮ ਸੀ ਕਿਊ ਉਸ ਤੋਂ ਬਾਅਦ 6 ਮਨਥ ਕਰੰਟ ਅਫੇਅਰ ਦੇ ਵਿੱਚ ਵੀ ਆਪਾਂ ਇਹਨੂੰ ਕਵਰ ਕੀਤਾ ਵਾ ਬਹੁਤ ਇੰਪੋਰਟੈਂਟ ਸੀ ਇਹ ਠੀਕ ਹੈ ਤਾਂ ਉਸ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹਾਂ ਅਗਲੀਆਂ 올ੰਪਿਕ ਖੇਡਾਂ 2024 ਦੀਆਂ ਕਿੱਥੇ ਹੋਣਗੀਆਂ ਇਹ ਵੀ ਇੰਪੋਰਟੈਂਟ ਐਮ ਸੀ ਕਿਊ ਆ ਤੇ ਸੁਨੀਲ ਛੇਤਰੀ ਜਿਨ੍ਹਾਂ ਨਾਲ ਰਿਲੇਟਡ ਆਪਾਂ ਕਰੰਟ ਅਫੇਅਰ ਦੇ ਵਿੱਚ ਕਰਦੇ ਰਹਿੰਨੇ ਆएमसीक्यू ਕਿ ਕਿਹਦੇ ਨਾਲ ਸੰਬੰਧਿਤ ਸੀ ਤੇ ਕਿ ਸਾਰਾ ਦੇਖੋ ਕਰੰਟ ਅਫੇਅਰ ਆਪਣੇ ਵਾਲੀ ਹੀ ਆਈ ਆ ਫਿਰ ਮਸ਼ਹੂਰ ਪੂਰਨ ਚੰਦ ਵੰਡਾਲੀ ਕਿਹੜੇ ਖੇਤਰ ਨਾਲ ਸੰਬੰਧਿਤ ਰੱਖਦੇ ਸੀ ਇਸ ਤੋਂ ਇਲਾਵਾ ਜੀ 20 ਦੀ ਮੀਟਿੰਗ ਹੋਈ ਸੀ ਆਪਣੇ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਤੇ ਕਿ ਉਹਦੇ ਬਾਰੇ ਆਇਆ ਹੋਇਆ ਫਿਰ ਫਿਲਮ ਆਰ 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 ਜਦੋਂ ਮੈਂ ਤੁਹਾਨੂੰ ਇਹ ਕਰਵਾਇਆ ਸੀਗਾ ਕਿੰਨੇ ਵਾਰ ਮੈਂ बार-बार ਰਿਪੀਟ ਕਰਾਉਣੀ ਰਹਿਣੀ ਹੈ ਇਹਨੂੰ ਕਿ ਕਿ ਬਹੁਤ ਇੰਪੋਰਟੈਂਟ ਆ ਬਹੁਤ ਇੰਪੋਰਟੈਂਟ ਆ ਇਹਦੇ ਨਾਟੂ ਨਾਟੂ ਗੀਤ ਨੂੰ ਮਿਲਿਆ ਸੀਗਾ ਔਸਕਰ ਅਵਾਰਡ ਠੀਕ ਹੈ ਦੇਖੋ ਕਿੰਨਾ ਜਿਆਦਾ ਇੰਪੋਰਟੈਂਟ ਹੈ ਮਤਲਬ ਕਿ ਕਰੰਟ ਅਫੇਅਰ ਦੇ ਵਿੱਚੋਂ ਪੇਪਰ ਆਇਆ ਹੋਇਆ ਇਸ ਪੇਪਰ ਦੇ ਵਿੱਚ ਪੋਲੀਟੀਕਲ ਜੋ ਵੀ ਕੁਝ ਨਹੀਂ ਆਇਆ ਇਹ ਕਿ ਬਹੁਤ ਹੈਰਾਨੀ ਦੀ ਗੱਲ ਆ ਕਿ ਪੋਲੀਟੀਕਲ ਜਿਹਦੇ ਕਰਕੇ ਪੇਪਰ ਬਹੁਤ ਜ਼ਿਆਦਾ ਟਫ ਬਣ ਜਾਂਦਾ ਉਹ ਇਸ ਦੇ ਵਿੱਚ ਲਈ ਹੋਈ ਨਹੀਂ ਗਈ ਤੇ ਬਹੁਤ ਈਜ਼ੀ ਪੇਪਰ ਸੀਗਾ ਸਭ ਤੋਂ ਪਹਿਲਾਂ ਤੁਸੀਂ ਦੇਖੋ ਫਿਰ ਉਸ ਤੋਂ ਬਾਅਦ ਕਰੰਟ ਅਫੇਅਰ ਦਾ ਇੱਕ ਹੋਰ ਐਮਸੀਕਿਊ ਆਇਆ ਠੀਕ ਹੈ ਇੱਕ ਕਰੰਟ ਅਫੇਅਰ ਦੇ ਐਮਸੀਕਿਊ ਸੀਗੇ ਜਿਹੜੇ 60 ਤੱਕ ਆਪਾਂ ਕੀਤੇ ਨੇ ਠੀਕ ਹੈ 60 ਤੱਕ ਪਹਿਲਾ 51 ਵਾਲਾ ਵਾ ਜਿਹੜਾ ਤੇ 52 ਤੇ 53 ਵਾਲੀ ਆ ਇਹ ਕਰੰਟ ਅਫੇਅਰ ਦੇ ਵਿੱਚੋਂ ਨਹੀਂ ਸੀ ਇਹ ਬੇਸਿਕ ਨੋਲਿਜ ਦੇ ਪੁਆਇੰਟ ਆਫ 뷰 ਤੋਂ ਤੁਹਾਨੂੰ ਪੁੱਛੇ ਗਏ ਸੀ ਠੀਕ ਹੈ ਇਸ ਗੱਲ ਦਾ ਹੁਣ ਤੁਸੀਂ ਧਿਆਨ ਰੱਖਿਓ ਤੇ ਆਪਾਂ ਗੱਲ ਕਰਦੇ ਆ ਹੁਣ ਅੱਜ ਦੀ ਆਪਣੀ ਕਰੰਟ ਅਫੇਅਰ ਦੀ ਤਾਂ ਸ਼ੁਰੂ ਕਰਦੇ ਆ ਜੀ ਕਰੰਟ ਅਫੇਅਰ ਤੇ ਕਰੰਟ ਅਫੇਅਰ ਨੂੰ ਕਦੇ ਵੀ ਨਾ ਦੇਖਣਾ ਛੱਡਿਓ ਕਰੰਟ ਅਫੇਅਰ ਦੇ ਨਾਲ ਤੁਹਾਡੀ ਨੋਲਿਜ ਦੇ ਵਿੱਚ ਡੇ ਬਾਈ ਡੇ ਇਨਕਰੀਮੈਂਟ ਹੋਵੇਗਾ ਯਕੀਨ ਮੰਨ ਕੇ ਚੱਲਿਓ ਚਾਹੇ ਤੁਸੀਂ ਪੇਪਰ ਦੇਣਾ ਹੀ ਚਾਹੀ ਨਹੀਂ ਦੇਣਾ ਪਰ ਡੇ ਬਾਈ ਡੇ ਤੁਹਾਡੀ ਨੌਲੇਜ ਦੇ ਵਿੱਚ ਬਹੁਤ ਇਨਕਰੀਮੈਂਟ ਹੋਵੇਗਾ ਤਾਂ ਸ਼ੁਰੂ ਕਰਦੇ ਹਾਂ ਜੀ ਆਪਾਂ ਅੱਜ ਦੀ ਇਹ ਵੀਡੀਓ ਹਾਲ ਹੀ ਵਿੱਚ ਕਿਸ ਰਾਜ ਸਰਕਾਰ ਨੇ ਅੰਗਰੇਜ਼ਾਂ ਦੇ ਸਮੇਂ ਤੋਂ ਪਈ 0.2 ਲੱਖ ਏਕੜ ਡਾਟੇਡ ਜ਼ਮੀਨ ਕਿਸਾਨਾਂ ਨੂੰ ਸੌਂਪੀ ਹੈ ਡਾਟਡ ਜ਼ਮੀਨ ਕਿਸਾਨਾਂ ਨੂੰ ਸੌਂਪਣ ਵਾਲਾ ਰਾਜ਼ ਬਣਿਆ ਵਾ ਆਂਧਰਾ ਪ੍ਰਦੇਸ਼ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ ਹੁਣ ਤੁਸੀਂ ਇਹ ਜ਼ਰੂਰ ਇੱਥੇ ਸੋਚਿਆ ਹੋਣਾ ਕਿ ਡਾਟਡ ਜ਼ਮੀਨ ਦਾ ਕੀ ਮਤਲਬ ਆ ਤੇ ਅੰਗਰੇਜ਼ਾਂ ਦੇ ਸਮੇਂ ਤੋਂ ਕਈ ਦੇਖੋ ਅਸਲ ਦੇ ਵਿੱਚ ਬ੍ਰਿਟਿਸ਼ ਕਾਲ ਦੇ ਵਿੱਚ ਆਂਧਰਾ ਪ੍ਰਦੇਸ਼ ਦੇ ਵਿੱਚ ਤਿੰਨ ਤਰ੍ਹਾਂ ਨਾਲ ਜ਼ਮੀਨ ਵੰਡੀ ਗਈ ਸੀ ਇੱਕ ਗਵਰਨਮੈਂਟ ਲੈਂਡ ਸੀ ਦੂਸਰੀ ਪ੍ਰਾਈਵੇਟ ਲੈਂਡ ਸੀ ਤੇ ਤੀਸਰੀ ਸੀਗੀ ਡਾਟਡ ਲੈਂਡ ਜਿਹੜੀ ਗਵਰਨਮੈਂਟ ਲੈਂਡ ਸੀ ਇਸ ਦੇ ਵਿੱਚ ਪੂਰੀ ਤਰ੍ਹਾਂ ਨਾਲ ਜ਼ਮੀਨ ਆ ਜੋ ਉਹ ਗਵਰਨਮੈਂਟ ਦੀ ਸੀ ਪ੍ਰਾਈਵੇਟ ਲੈਂਡ ਦੀ ਜਿਹੜੀ ਜ਼ਮੀਨ ਸੀਗੀ ਉਹ ਜਿੰਨੀ ਵੀ ਜ਼ਮੀਨ ਸੀ ਉਹ ਕਿਸਾਨਾਂ ਦੀ ਸੀ ਠੀਕ ਹੈ ਪਰ ਜਿਹੜੀ ਡਾਟਡ ਜ਼ਮੀਨ ਆ ਇਹ ਹੈ ਤਾਂ ਪੂਰੀ ਤਰ੍ਹਾਂ ਨਾਲ ਗਵਰਨਮੈਂਟ ਦੀ ਸੀ ਪਰ ਇਹ ਕਿਸਾਨਾਂ ਦੇ ਕਬਜ਼ੇ ਵਿੱਚ ਸੀ ਕਿਸਾਨ ਇਸ ਵਿੱਚ ਖੇਤੀ ਕਰਦੇ ਸੀ ਪਰ ਜਦੋਂ ਭਾਰਤ ਸੁਤੰਤਰ ਹੋਇਆ ਉਸ ਸਮੇਂ ਤੋਂ ਕਿਸਾਨ ਖੇਤੀ ਤਾਂ ਕਰ ਰਹੀ ਸੀ ਪਰ ਨਾ ਤਾਂ ਇਸ ਨੂੰ ਵੇਚ ਸਕਦੇ ਸੀ ਉਹ ਨਾ ਹੀ ਇਹਦੇ ਤੇ ਕੋਈ ਲੋਨ ਲੈ ਸਕਦੇ ਸੀ ਇਸ ਕਰਕੇ ਫਿਰ ਗਵਰਨਮੈਂਟ ਨੇ ਹੁਣ ਉਹ ਜਿਹੜੀ ਜ਼ਮੀਨ ਸੀਗੀ ਪੂਰੀ ਤਰ੍ਹਾਂ ਨਾਲ ਕਿਸਾਨਾਂ ਨੂੰ ਦੇ ਦਿੱਤੀ ਆ ਠੀਕ ਹੈ ਤੇ ਆਂਧਰਾ ਪ੍ਰਦੇਸ਼ ਦੀ ਗਵਰਨਮੈਂਟ ਨੇ ਦਿੱਤੀ ਆ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਆਂਧਰਾ ਪ੍ਰਦੇਸ਼ ਆਂਧਰਾ ਪ੍ਰਦੇਸ਼ ਦੀ ਕੈਪੀਟਲ ਆ ਵਿਸ਼ਾਖਾਪਟਨਮ ਇੱਥੋਂ ਦੇ ਚੀਫ ਮਿਨਿਸਟਰ ਆ ਜਗਨ ਮੋਹਨ ਰੈਡੀ ਤੇ ਇੱਥੋਂ ਦੇ ਗਵਰਨਰ ਆ ਐਸ ਅਬਦੁੱਲ ਨਜ਼ੀਰ ਆਂਧਰਾ ਪ੍ਰਦੇਸ਼ ਦੇ ਵਿੱਚ ਸ੍ਰੀ ਬੈਂਕਤਾਸ਼ਵਰ ਨੈਸ਼ਨਲ ਪਾਰਕ ਆ ਮਰੂਗਾ ਸੁਆਮੀ ਨੈਸ਼ਨਲ ਪਾਰਕਾ ਕਵੱਲਾ ਨੈਸ਼ਨਲ ਪਾਰਕਾ ਨਾਗਾਰੋਜਨ ਨੈਸ਼ਨਲ ਪਾਰਕਾ ਪਾਪੀਕੋਂਡਾ ਨੈਸ਼ਨਲ ਪਾਰਕਾ ਭਾਸ਼ਾ ਦੇ ਆਧਾਰ ਤੇ ਗਠਿਤ ਹੋਣ ਵਾਲਾ ਭਾਰਤ ਦਾ ਪਹਿਲਾ ਰਾਜ ਆਂਧਰਾ ਪ੍ਰਦੇਸ਼ ਫਲਾਂ ਦਾ ਸਭ ਤੋਂ ਵੱਡਾ ਉਤਪਾਦਕ ਬਣਿਆ ਆਂਧਰਾ ਪ੍ਰਦੇਸ਼ ਸਭ ਤੋਂ ਵੱਧ ਤੰਬਾਕੂ ਆਂਧਰਾ ਪ੍ਰਦੇਸ਼ ਦੇ ਵਿੱਚ ਪੈਦਾ ਹੁੰਦਾ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਸੀ ਹੈਰੀਟੇਜ ਮਿਊਜ਼ੀਅਮ ਦਾ ਉਦਘਾਟਨ ਕੀਤਾ ਆਂਧਰਾ ਪ੍ਰਦੇਸ਼ ਦੇ ਵਿੱਚ ਮੂਲਾਪੇਟਾ ਗ੍ਰੀਨਫੀਲਡ ਪੋਰਟ ਦਾ ਨਿਰਮਾਣ ਸ਼ੁਰੂ ਹੋਇਆ ADR ਦੀ ਰਿਪੋਰਟ ਅਨੁਸਾਰ ਮੁੱਖ ਮੰਤਰੀ ਜਗਨਮੋਹਨ ਰੈਡੀ ਕੋਲ ਦੇਸ਼ ਦੇ ਵਿੱਚ ਸਭ ਤੋਂ ਵੱਧ ਜ਼ਾਇਦਾ ਦਾ ਤੇ ਆਂਧਰਾ ਪ੍ਰਦੇਸ਼ ਰਾਜ ਊਰਜਾ ਕੁਸ਼ਲਤਾ ਸੂਚਕਾਂਕ 2022 ਵਿੱਚ ਟੌਪ ਤੇ ਰਿਹਾ ਆਂਧਰਾ ਪ੍ਰਦੇਸ਼ ਦੇ ਵਿੱਚ ਸਭ ਤੋਂ ਵੱਧ ਜੰਗਲੀ ਖੇਤਰ ਵਿਕਸਿਤ ਕੀਤਾ ਗਿਆ ਆਂਧਰਾ ਪ੍ਰਦੇਸ਼ ਦੇ ਕੁੜਪਾ ਜ਼ਿਲ੍ਹੇ ਵਿੱਚ 13ਵੀਂ ਸਦੀ ਦਾ ਮੰਦਿਰ ਲੱਭਿਆ ਗਿਆ ਨੈਕਸਟ ਹੈ ਕਿਸ بندرਗਾ ਨੂੰ ਹਾਲ ਹੀ ਵਿੱਚ ਸਾਗਰ ਸ੍ਰੇਸ਼ਟ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹਾਂਜੀ ਰੀਸੈਂਟਲੀ ਕੋਚੀ بندرਗਾ ਨੂੰ ਸਾਗਰ ਸ੍ਰੇਸ਼ਟ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਹਾਲ ਹੀ ਵਿੱਚ ਟਵਿੱਟਰ ਦੇ ਨਵੇਂ ਸੀਈਓ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹਾਂਜੀ ਟਵਿੱਟਰ ਦੇ ਨਵੇਂ ਸੀਈਓ ਬਣੇ ਆ ਕੌਣ ਬਣੇ ਆ ਟਵਿੱਟਰ ਦੇ ਨਵੇਂ ਸੀਈਓ ਬਣੇ ਆ ਲੀਂਡਾ ਜਾਕਾਰੀਨੋ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ ਇਹਨਾਂ ਇੱਕ ਅਪੋਇੰਟਮੈਂਟ ਦੀ ਗੱਲ ਆ ਤਾਂ ਮੈਰੀਕੋ ਨੇ ਸੁਗਾਤਾ ਗੁਪਤਾ ਨੂੰ ਐਮਡੀ ਅਤੇ ਸੀਈਓ ਚੁਣਿਆ ਮਾਰਕ ਨਿਕੋਲਸ ਨੂੰ ਐਮਸੀਸੀ ਦਾ ਅਗਲਾ ਪ੍ਰਧਾਨ ਚੁਣਿਆ ਗਿਆ ਅਜੇ ਵਿਜ਼ ਨੂੰ ਐਕਸਟ੍ਰੰਜਰ ਇੰਡੀਆ ਦਾ ਕੰਟਰੀ ਮੈਨੇਜਮੈਂਟ ਮੈਨੇਜਿੰਗ ਡਾਇਰੈਕਟੋਰੇਟ ਨਿਯੁਕਤ ਕੀਤਾ ਗਿਆ ਦੇਵਦਾਤ ਚੰਦਰਾ ਨੂੰ ਬੈਂਕ ਆਫ ਵਰਡੋਦਾ ਦਾ ਮੈਨੇਜਿੰਗ ਡਾਇਰੈਕਟੋਰੇਟ ਚੁਣਿਆ ਗਿਆ ਸਾਜੂ ਬਾਲਾਕ੍ਰਿਸ਼ਨਨ ਨੇ ਸਤਾਰਮਿਕ ਮੰਡਰਿਨ ਚੀਫ ਵਜ਼ੂ ਆਂ ਦਾ ਸੰਭਾਲਿਆ ਨੈਕਸਟ ਹੈ ਹਾਲ ਹੀ ਵਿੱਚ ਵਰਲਡ ਬੈਂਕ ਨੇ ਕਿਹੜੇ ਦੇਸ਼ ਵਿੱਚ ਜੂਨੋਟਿਕ ਬਿਮਾਰੀਆਂ ਦੀ ਰੋਕਥਾਮ ਲਈ 82 ਮਿਲੀਅਨ ਡਾਲਰ ਦੀ ਮਨਜ਼ੂਰੀ ਦਿੱਤੀ ਹਾਂਜੀ ਯੂ ਐਸ ਡਾਲਰ ਆ 82 ਮਿਲੀਅਨ ਡਾਲਰ ਤੇ ਵਰਲਡ ਬੈਂਕ ਨੇ ਜੂਨੋਟਿਕ ਬਿਮਾਰੀਆਂ ਦੀ ਰੋਕਥਾਮ ਲਈ ਕਿਹੜੇ ਦੇਸ਼ ਨੂੰ ਮਨਜ਼ੂਰੀ ਦਿੱਤੀ ਆ ਇਹ ਦਿੱਤੀ ਗਈ ਆ ਮਨਜ਼ੂਰੀ ਜੀ ਆਪਣੇ ਦੇਸ਼ ਭਾਰਤ ਨੂੰ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ ਕੁਨੇ ਮਨਜ਼ੂਰੀ ਭਾਰਤ ਨੂੰ ਮਿਲੀ ਆ ਤਾਂ ਭਾਰਤ ਦੀ ਕੈਪੀਟਲ ਕੀ ਆ ਨਵੀਂ ਦਿੱਲੀ ਇੱਥੋਂ ਦੇ ਪ੍ਰਾਈਮ ਮਿਨਿਸਟਰ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੇ ਇੱਥੋਂ ਦੇ ਪ੍ਰੈਜ਼ੀਡੈਂਟ ਕੌਣ ਨੇ ਡ੍ਰੋਪਦੀ ਮੁਰਮੂ ਠੀਕ ਹੈ ਤੇ ਵਿਸ਼ਵ ਵਿਆਪੀ ਮਾਮਾ ਦੀ ਮੌਤ ਦਰ ਦੇ 60% ਵਾਲੇ ਦੇਸ਼ 10 ਦੇਸ਼ਾਂ ਦੀ ਸੂਚੀ ਦੇ ਵਿੱਚ ਭਾਰਤ ਸਿਖਰ ਤੇ ਰਿਹਾ ਭਾਰਤ ਨੇ ਸ਼੍ਰੀਲੰਕਾ ਦੇ ਸੈਰਸਪਾਟਾ ਖੇਤਰ ਵਿੱਚ ਸਭ ਤੋਂ ਟੌਪ ਦਾ ਜਿਹੜਾ ਸਥਾਨ ਆ ਹਾਸਲ ਕੀਤਾ ਵਾ ਜਾਨੀ ਕਿ ਸ਼੍ਰੀਲੰਕਾ ਦੇ ਵਿੱਚ ਟੂਰਿਸਟ ਟੂਰਿਜ਼ਮ ਦੇ ਮਾਮਲੇ ਦੇ ਵਿੱਚ ਭਾਰਤ ਆ ਜਿਹੜਾ ਉਹ ਟੌਪ ਤੇ ਰਿਹਾ ਭਾਰਤ ਨੇ ਮਿਆਂਮਾਰ ਦੇ ਵਿੱਚ ਸਿੱਟਵੇਂ ਪੋਰਟ ਦਾ ਸੰਚਾਲਨ ਸ਼ੁਰੂ ਕਰ ਦਿੱਤਾ ਭਾਰਤ ਆਈਸੀਸੀ ਪੁਰਸ਼ਾਂ ਦੀ ਟੈਸਟ ਟੀਮ ਰੈਂਕਿੰਗ ਦੇ ਵਿੱਚ ਨੰਬਰ 1 ਟੀਮ ਬਣੇ ਆ ਭਾਰਤ ਦੀ ਟੀਮ ਹੈ ਠੀਕ ਹੈ ਭਾਰਤ ਯੂਰਪ ਵਿੱਚ ਰਿਫਾਈਨਡ ਇਤਨ ਦਾ ਸਭ ਤੋਂ ਵੱਡਾ ਤੇਲ ਸਪਲਾਈਅਰ ਬਣਿਆ ਤੇ ਭਾਰਤ ਵਿੱਤੀ ਫਰੇਮਵਰਕ ਸੁਧਾਰਾਂ ਦੀ ਕਾਮਨਵੈਲਥ ਗਰੁੱਪ ਦੀ ਮੇਜ਼ਬਾਨੀ ਕਰੇਗਾ ਨੈਕਸਟ ਹੈ ਹਾਲ ਹੀ ਵਿੱਚ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਤੇਜ਼ ਅਰਧ ਸੈਂਕੜੇ ਕਿਸ ਨੇ ਬਣਾਈ ਹਾਂਜੀ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਤੇਜ਼ ਅਰਧ ਸੈਂਕੜੇ ਬਣਾਏ ਆ ਜਸਾਸਵੀ ਜੈਸਵਾਲ ਨੇ ਇਹ ਰਾਇਲ ਜ ਰਾਜਸਥਾਨ ਰਾਇਲ ਦੇ ਆ ਤੇ ਇਹਨਾਂ ਨੇ 13 ਗੇਂਦਾਂ ਦੇ ਵਿੱਚ ਸਭ ਤੋਂ ਤੇਜ਼ ਅਰਧ ਸੈਂਕੜੇ ਬਣਾਏ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਜਸਾਸਵੀ ਜੈਸਵਾਲ ਹੁਣ ਆਈਪੀਐਲ ਦੀ ਗੱਲ ਆ ਤਾਂ ਵਿਰਾਟ ਕੋਹਲੀ ਆਈਪੀਐਲ ਦੇ ਇਤਿਹਾਸ ਵਿੱਚ 7000 ਦੌੜਾਂ ਬਣਾਉਣ ਵਾਲੇ ਪਹਿਲੇ ਖਿਡਾਰੀ ਬਣੇ ਡੇਵਿਡ ਵਾਰਨਰ ਆਈਪੀਐਲ ਵਿੱਚ ਸਭ ਤੋਂ ਵੱਧ ਮੈਚ ਖੇਡਣ ਵਾਲੇ ਵਿਦੇਸ਼ੀ ਕਪਤਾਨ ਬਣੇ ਕਾਗਿਸੋ ਰਵਾੜਾ ਆਈਪੀਐਲ ਵਿੱਚ ਸਭ ਤੋਂ ਤੇਜ਼ 100 ਵਿਕਟਾਂ ਲੈਣ ਵਾਲੇ ਖਿਡਾਰੀ ਬਣੇ ਬਖਤੀਸ਼ ਅਯਰ ਆਈਪੀਐਲ 2023 ਵਿੱਚ ਸੈਂਕੜਾ ਲਗਾਉਣ ਵਾਲਾ ਪਹਿਲਾ ਭਾਰਤੀ ਬਣਿਆ ਨੈਕਸਟ हाल ही ਵਿੱਚ ਆਯੂਸ਼ ਮੰਤਰਾਲੇ ਨੇ ਏਕੀਕ੍ਰਿਤ ਸਿਹਤ ਖੋਜ ਨੂੰ ਉਤਸ਼ਾਹਿਤ ਕਰਨ ਲਈ ਕਿਸ ਨਾਲ ਸਮਝੌਤਾ ਕੀਤਾ ਹਾਂਜੀ ਆਯੂਸ਼ ਮੰਤਰਾਲੇ ਨੇ ਏਕੀਕ੍ਰਿਤ ਸਿਹਤ ਖੋਜ ਨੂੰ ਉਤਸ਼ਾਹਿਤ ਕਰਨ ਲਈ ਸਮਝੌਤਾ ਕੀਤਾ ਕਿਹਦੇ ਨਾਲ ਕੀਤਾ ਆਈ ਸੀ ਐਮ ਆਰ ਨਾਲ ਆਪਸ਼ਨ ਨੰਬਰ ਸੀ ਇਜ਼ ਅ ਰਾਈਟ ਆਨਸਰ ਜਾਨਕਿ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਇਸ ਦੀ ਸਥਾਪਨਾ 1911 ਦੇ ਵਿੱਚ ਹੋਈ ਇਸ ਦਾ ਹੈੱਡਕੁਆਰਟਰ ਕਿੱਥੇ ਹੈ ਨਵੀਂ ਦਿੱਲੀ ਦੇ ਵਿੱਚ ਤੇ ਐਟ ਪ੍ਰੈਜ਼ੈਂਟ ਇਸ ਦੇ ਡਾਇਰੈਕਟਰ ਜਨਰਲ ਰਾਜੀਵ ਬਹਿਲ ਨੈਕਸਟ ਹੈ ਹਾਲ ਹੀ ਵਿੱਚ ਤੀਜਾ ਸੈਮੀਕੋਨ ਇੰਡੀਆ ਸ਼ੋ ਕਿੱਥੇ ਸ਼ੁਰੂ ਕੀਤਾ ਗਿਆ ਹਾਂਜੀ ਤੀਜਾ ਸੈਮੀਕੋਨ ਇੰਡੀਆ ਸ਼ੋ ਸ਼ੁਰੂ ਕੀਤਾ ਗਿਆ ਵਾ ਜਾਂ ਲਾਂਚ ਕੀਤਾ ਗਿਆ ਵਾ ਦਿੱਲੀ ਦੇ ਵਿੱਚ ਆਪਸ਼ਨ ਨੰਬਰ ਬੀ ਇਜ਼ ਅ ਰਾਈਟ ਆਨਸਰ ਠੀਕ ਹੈ ਜੀ ਇਹ ਤੁਸੀਂ ਯਾਦ ਰੱਖਣਾ ਤੇ ਕਿੰਨਾ ਨੇ ਕੀਤਾ ਸਕੇਂਦਰੀ ਮੰਤਰੀ ਰਾਜੀਵ ਚੰਦਰ ਸੇਖਰ ਨੇ ਨੈਕਸਟ ਹੈ ਭਾਰਤੀ ਜਲ ਸੈਨਾ ਅਤੇ ਰਾਇਲ ਥਾਈ ਨੇਵੀ ਨੇ ਹਾਲ ਹੀ ਵਿੱਚ 35ਵੀਂ ਕਾਰਪੇਟ ਐਕਸਰਸਾਈਜ਼ ਦਾ ਆਯੋਜਨ ਕਿੱਥੇ ਕੀਤਾ ਹਾਂਜੀ ਭਾਰਤੀ ਜਲ ਸੈਨਾ ਰਾਇਲ ਥਾਈ ਨੇਵੀ ਇਹਨਾਂ ਨੇ ਮਿਲ ਕੇ 35ਵੀਂ ਕਾਰਪੇਟ ਐਕਸਰਸਾਈਜ਼ ਦਾ ਆਯੋਜਨ ਕੀਤਾ ਅੰਡੇਮਾਨ ਸਾਗਰ ਦੇ ਵਿੱਚ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਨੈਕਸਟ ਹੈ ਜੀ ਕਵੀਨੀ ਸ਼ੋਹੇ ਅਤੇ ਐਂਡਰੀਆ ਕੈਵਿਚੂਸਾ ਸੁਣਿਆ ਹੋਣਾ ਤੁਸੀਂ ਕਵੀਨੀ ਸ਼ੋਹੇ ਇਹ ਇੱਕ ਫੇਮਸ ਫਿਲਮ ਮੇਕਰ ਆ ਅਤੇ ਨਾਗaland ਦੀ ਫਿਲਮ ਸਮੂਹ ਦੀ ਸੰਸਥਾਪਕ ਆ ਐਂਡ ਐਂਡਰੀਆ ਕੈਵਿ ਐਂਡਰੀਆ ਕੈਵਿਚੂਸਾ ਇਹ ਭਾਰਤੀ ਮਾਡਲ ਆ ਤੇ ਇਹਨਾਂ ਦੋਵਾਂ ਨੇ ਤਿਉਹਾਰ ਵਿੱਚ ਕਿਸ ਦੀ ਨੁਮਾਇੰਦਗੀ ਕੀਤੀ ਆ ਫਿਲਮ ਤਿਉਹਾਰ ਦੇ ਵਿੱਚ ਯਾਨੀ ਕਿ ਫਿਲਮ ਫੈਸਟੀਵਲ ਦੇ ਵਿੱਚ ਠੀਕ ਹੈ ਦੀ ਫੈਸਟੀਵਲ ਦਾ ਨਾਮ ਵੀ ਤੁਸੀਂ ਯਾਦ ਰੱਖਣਾ ਕੈਨਸ ਹਾਂਜੀ ਕਵਿਨੀ ਸ਼ੋਹੇ ਅਤੇ ਐਂਡਰੀਆ ਕੈਵਿਚੂਸਾ ਕੈਨਸ ਫਿਲਮ ਤਿਹਾੜੀ ਵਿੱਚ ਕਿਸ ਦੀ ਨੁਮਾਇੰਦਗੀ ਕਰਨਗੇ ਨਾਗਾ لینڈ ਦੀ অপਸ਼ਨ A ਇਸ ਦਾ ਰਾਈਟ ਆਨਸਰ ਹੁਣ ਇਹ ਨੁਮਾਇੰਦਗੀ ਆ ਜਿਹੜੀ ਨਾਗਾ لینڈ ਦੀ ਕੀਤੀ ਜਾਵੇਗੀ ਤਾਂ ਨਾਗਾ لینڈ ਦੀ ਕੈਪੀਟਲ ਕੀ ਆ ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਦੱਸੋ ਜਿਹੜੇ ਸਟੂਡੈਂਟਸ ਨੂੰ ਪਤਾ ਨਾਗਾ لینڈ ਦੀ ਕੈਪੀਟਲ ਹੈ ਜੀ ਕੋਹੀਮਾ ਇੱਥੋਂ ਦੇ ਚੀਫ ਮਿਨਿਸਟਰ ਕੌਣ ਨੇ ਨੇਫਰੀਓ ਇਤੋਂ ਦੇ ਗਵਰਨਰ ਐਲ ਗਨੇਸ਼ਨ ਨਾਗaland ਦੇ ਵਿੱਚ ਇਨਟਾਕੀ ਨੈਸ਼ਨਲ ਪਾਰਕ ਆ ਨਾਗaland ਵਿੱਚ ਸਾਲਾਨਾ ਅਰੇਂਜ ਫੈਸਟੀਵਲ 2023 ਮਨਾਇਆ ਗਿਆ ਨਾਗaland 23ਵੇਂ ਹੌਰਨਵਿਲ ਫੈਸਟੀਵਲ ਦੀ ਮੇਜ਼ਬਾਨੀ ਕਰੇਗਾ ਨਾਗaland ਨਾਵਾ ਪ੍ਰੋਗਰਾਮ ਨੂੰ ਲਾਗੂ ਕਰਨ ਵਾਲਾ ਪਹਿਲਾ ਰਾਜ ਬਣਿਆ ਕੇਂਦਰੀ ਮੰਤਰੀ ਮੰਡਲ ਨੇ ਨਾਗaland ਵਿੱਚ ਸ਼ਹਿਦ ਦੀ ਜਾਂਚ ਲੈਬ ਦਾ ਉਦਘਾਟਨ ਕੀਤਾ ਸਟੋਨ ਔਨ ਨਾਗaland ਦੀ ਕੈਬਨਿਟ ਦੀ ਅਗਵਾਈ ਕਰਨ ਵਾਲੀ ਪਹਿਲੀ ਔਰ ਅੱਤ ਬਣੀ ਨੈਕਸਟ ਹੈ ਜੀ ਹਾਲ ਹੀ ਵਿੱਚ ਕਿਸ ਅਦਾਕਾਰ ਨੂੰ ਬਰਲਿਨ ਵਿੱਚ ਵਿਸ਼ੇਸ਼ 올림픽 ਟੂਰ ਦੇ ਰਾਜਦੂਤ ਵਜੋਂ ਭਾਰਤੀ ਦਲ ਵਿੱਚ ਸ਼ਾਮਿਲ ਕੀਤਾ ਗਿਆ ਹਾਂਜੀ ਰੀਸੈਂਟਲੀ ਆਜੂਸ਼ਮਾਨ ਖੁਰਾਨਾ ਨੂੰ ਇਹਨਾਂ ਨੂੰ ਵਰਲਿਨ ਦੇ ਵਿੱਚ ਵਿਸ਼ੇਸ਼ 올림픽 ਟੂਰ ਦੇ ਰਾਜਦੂਤ ਵਜੋਂ ਸ਼ਾਮਿਲ ਕੀਤਾ ਗਿਆ ਆਪਸ਼ਨ ਸੀ ਇਸ ਅ ਰਾਈਟ ਆਨਸਰ ਨੈਕਸਟ ਹੈ ਜੀ ਹਾਲ ਹੀ ਵਿੱਚ ਪ੍ਰਵਾਸੀ ਪੰਛੀ ਦਿਵਸ ਕਦੋਂ ਮਨਾਇਆ ਗਿਆ ਹਾਂਜੀ ਪ੍ਰਵਾਸੀ ਪੰਛੀ ਦਿਵਸ ਇੱਥੇ ਧਿਆਨ ਰੱਖਣ ਵਾਲੀ ਇਹ ਗੱਲ ਆ ਕਿ ਹਰੇਕ ਸਾਲ ਹਰੇਕ ਸਾਲ ਮਈ ਅਤੇ ਅਕਤੂਬਰ ਮਹੀਨੇ ਦੇ ਦੂਸਰੇ ਸ਼ਨੀਵਾਰ ਨੂੰ ਮਨਾਇਆ ਜਾਂਦਾ ਤੇ ਇਸ ਵਾਰ ਮਈ ਦਾ ਦੂਜਾ ਸ਼ਨੀਵਾਰ ਸੀ 13 ਮਈ ਨੂੰ ਤੇ ਵਿਸ਼ਵ ਪ੍ਰਵਾਸੀ ਪੰਛੀ ਦਿਵਸ 13 ਮਈ ਨੂੰ ਮਨਾਇਆ ਗਿਆ অপਸ਼ਨ ਬੀ ਇਸ ਆ ਰਾਈਟ ਆਨਸਰ ਹੁਣ ਇੱਥੇ ਤੁਹਾਡੇ ਮਾਈਂਡ ਦੇ ਵਿੱਚ ਇਹ ਵੀ ਤਾਂ ਆਉਂਦਾ ਹੋਣਾ ਵਿਸ਼ਵ ਪ੍ਰਵਾਸੀ ਪੰਛੀ ਦਿਵਸ ਕਿਉਂ ਮਨਾਇਆ ਜਾਂਦਾ ਪਰਵਾਸੀ ਪੰਛੀਆਂ ਬਾਰੇ ਲੋਕਾਂ ਦੇ ਵਿੱਚ ਜਾਗਰੂਕਤਾ ਵਧਾਉਣ ਦੇ ਲਈ ਹਰੇਕ ਸਾਲ ਇਹ ਦਿਵਸ ਆ ਜਿਹੜਾ 13 ਦੂਜੇ ਸ਼ਨੀਵਾਰ ਨੂੰ ਮਨਾਇਆ ਜਾਂਦਾ ਮਈ ਦੇ ਨੂੰ ਅਤੇ ਅਕਤੂਬਰ ਦੇ ਨੂੰ ਠੀਕ ਹੈ ਇਸ ਗੱਲ ਦਾ ਧਿਆਨ ਰੱਖਣਾ ਹੁਣ ਆਪਾਂ ਮਈ ਦੇ ਇੰਪੋਰਟੈਂਟ ਦਿਵਸ ਦੀ ਗੱਲ ਕੀਤੀ ਹੈ 1 ਮਈ ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਗੁਜਰਾਤ ਦਿਵਸ ਮਹਾਰਾਸ਼ਟਰ ਦਿਵਸ ਮਨਾਇਆ ਜਾਂਦਾ 2 ਮਈ ਨੂੰ ਵਿਸ਼ਵ ਟੂਨਾ ਦਿਵਸ ਵਿਸ਼ਵ ਦਮਾ ਦਿਵਸ 3 ਮਈ ਨੂੰ ਵਿਸ਼ਵ ਪ੍ਰੈਸ ਤੰਤਰਤਾ ਦਿਵਸ 4 ਮਈ ਨੂੰ ਕੋਲਾ ਮਾਈਨਿੰਗ ਦਿਵਸ ਅੰਤਰਰਾਸ਼ਟਰੀ ਫਾਇਰ ਫਾਈਟਰਸ ਦਿਵਸ 5 ਮਈ ਨੂੰ ਵਿਸ਼ਵ ਪੁਰਤਗਾਲੀ ਭਾਸ਼ਾ ਦਿਵਸ ਵਿਸ਼ਵ ਹੱਥ ਸਫਾਈ ਦਿਵਸ 6 ਮਈ ਨੂੰ ਅੰਤਰਰਾਸ਼ਟਰੀ ਨੋ ਡਾਈਟ ਦਿਵਸ 7 ਮਈ ਨੂੰ ਵਿਸ਼ਵ ਐਥਲੈਟਿਕਸ ਦਿਵਸ 8 ਮਈ ਨੂੰ ਵਿਸ਼ਵ ਰੈੱਡ ਕਰਾਸ ਦਿਵਸ ਤੇ 10 ਮਈ ਨੂੰ ਅੰਤਰਰਾਸ਼ਟਰੀ ਔਰਗਾਨੀਆਂ ਦਿਵਸ ਮਨਾਇਆ ਗਿਆ 11 ਮਈ ਨੂੰ ਰਾਸ਼ਟਰੀ ਟੈਕਨੋਲੋਜੀ ਸਿਹਤ ਦਿਵਸ ਮਨਾਇਆ ਗਿਆ 12 ਮਈ ਨੂੰ ਅੰਤਰਰਾਸ਼ਟਰੀ ਬੋਧ ਸਿਹਤ ਦਿਵਸ ਤੇ ਅੰਤਰਰਾਸ਼ਟਰੀ ਨਰਸ ਦਿਵਸ ਮਨਾਇਆ ਗਿਆ ਨੈਕਸਟ ਹੈ ਅਪਰਾਧ ਅਤੇ ਸੁਰੱਖਿਆ ਤੇ ਜੀ 20 ਸੰਮੇਲਨ ਹਾਲ ਹੀ ਵਿੱਚ ਕਿੱਥੇ ਆਯੋਜਿਤ ਕੀਤਾ ਗਿਆ ਹਾਂਜੀ ਅਪਰਾਧ ਅਤੇ ਸੁਰੱਖਿਆ ਤੇ ਜੀ 20 ਸੰਮੇਲਨ ਹਾਲ ਹੀ ਵਿੱਚ ਕਿੱਥੇ ਆਯੋਜਿਤ ਕੀਤਾ ਗਿਆ ਗੁਰੂਗ੍ਰਾਮ ਦੇ ਵਿੱਚ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਹਾਲ ਹੀ ਵਿੱਚ ਗੋਵਿੰਦ ਸਵਰੂਪ ਪੁਰਸਕਾਰ 2023 ਕਿਸ ਨੂੰ ਮਿਲਿਆ ਹਾਂਜੀ ਗੋਵਿੰਦ ਸਵਰੂਪ ਪੁਰਸਕਾਰ 2023 ਇਹ ਕਿੰਨਾ ਨੂੰ ਮਿਲਿਆ ਜਯੰਤ ਵਿਸ਼ਨੂ ਨਾਰਲੀ ਕਾਰਨ ਆਪਸ਼ਨ ਬੀ ਇਜ਼ ザ ਰਾਈਟ ਆਨਸਰ ਠੀਕ ਹੈ ਤੁਸੀਂ ਯਾਦ ਰੱਖਣਾ ਤੇ ਇਹਨਾਂ ਨੂੰ ਇਹ ਪੁਰਸਕਾਰ ਐਸਟਰੋਨੋਮਿਕਲ ਸੁਸਾਇਟੀ ਆਫ ਇੰਡੀਆ ਦੁਆਰਾ ਦਿੱਤਾ ਗਿਆ ਤੇ ਇਹ ਇੱਕ ਖਗੋਲ ਵਿਗਿਆਨੀ ਲੇਖਕ ਆ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਆ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ